ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀਬਾੜੀ ਕਾਨੂੰਨ ਰੱਦ ਕਰਨ ਦਾ ਫੈਸਲਾ ਲਿਆ ਗਿਆ ਔਰ ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਮੀਟਿੰਗ ਕਰਨ ਜਾ ਰਹੀਆਂ ਨੇ ਇਸ ਵਕਤ ਮੇਰੇ ਨਾਲ ਰੁਲਦੂ ਸਿੰਘ ਮਾਨਸਾ ਜੀ ਨੇ ਰੁਲਦੂ ਜੀ ਅੱਜ ਤੋਂ ਇੱਕ ਸਾਲ ਪਹਿਲਾਂ ਯਾਦ ਹੋਏਗਾ ਆ ਦਿਨਾਂ ਚ ਟਰੈਕਟਰ ਟਰੈਲਿੰਗ ਆਈਆਂ ਇਕੱਠੀਆਂ ਕਰੀ ਜਾਂਦੇ ਹੋਗੇ ਕਿੰਨੇ ਬੰਦੇ ਜਾ ਰਹੇ ਕਿਹੜੇ ਪਿੰਡੋਂ ਜਾ ਰਹੇ ਆ ਔਰ ਅੱਜ ਉਹ ਟਾਈਮ ਵੀ ਆ ਗਿਆ ਜਦੋਂ ਹੁਣ ਇਧਰੋਂ ਬੰਦੇ ਕਿੰਨੇ ਆ ਕਿ ਵਾਪਸ ਕਦੋਂ ਜਾਣਾਗਾ ਮੇਰਾ ਖਿਆਲ ਹੈ ਕਈ ਵਾਰ ਆਮ ਬੰਦਾ ਜਾਂ ਲੋਕ ਕਹਿੰਦੇ ਨੇ ਕਈ ਵਾਰ ਪ੍ਰੈਸ ਵੀ ਗੱਲ ਕਰ ਦਾਂਦੀ ਹੈ ਵੀ ਇਹ ਤਾਂ ਦੋ ਦਿਨਾਂ ਲਈ ਆਏ ਸੀਗੇ ਤਿੰ ਅਸੀਂ 5-5 ਮਹੀਨਿਆਂ ਦਾ ਰਾਸ਼ਨ ਟਰਾਲੀਆਂ 'ਚ ਲੈ ਕੇ ਆਏ ਸੀ ਖੰਡ, ਗੋੜ, ਆਟਾ, ਨੋਨ ਵਿੱਚ ਮਸਾਲਾ ਪਰ ਇੱਥੇ ਲੰਗਰ ਇੰਨੇ ਖੁੱਲ ਗਏ ਉਹ ਸਾਨੂੰ ਵਰਤਨ ਦੀ ਲੋੜ ਨਹੀਂ ਪਈ ਉਹ ਸਾਨੂੰ ਲੰਗਰਾਂ 'ਚ ਹੀ ਦੇਣਾ ਪਿਆ ਤੇ ਉੱਥੇ ਚਲਾਇਆ ਕੰਮ ਅਸੀਂ 5 ਮਹੀਨਿਆਂ ਵਾਸਤੇ ਆਏ ਸੀ ਪਰ મોદી ਨੇ ਸਾਡੇ 12 ਮਹੀਨੇ ਲਵਾਤੇ ਠੀਕ ਹੈ ਲੱਗਦਾ ਅਸੀਂ ਫੇਰ ਵੀ ਆਪ ਦਾ ਡੱਟੇ ਰਹੇ ਕੋਈ ਗੱਲ ਨਹੀਂ 12 ਜੇ ਹੋਰ ਵੀ 22 ਟਿੱਕਰ 24 ਟਿੱਕਰ ਲੱਗਦਾ ਤੇ ਹੁਣ ਵੀ ਮਤਲਬ ਲਾਉਂਦੇ ਤੇ ਬੈਠੇ ਰਹਿਣਾ ਸੀਗਾ ਇਸੇ ਕਰਕੇ ਉਸ ਮੌਕੇ ਇਧਰ ਨੂੰ ਆਉਣ ਦੀਆਂ ਤਿਆਰੀਆਂ ਦੀਆਂ ਤੇ ਹੁਣ ਦੋਲਣ ਜਿੱਤ ਕੇ ਨਾਰੇ ਲਾਉਣ ਦੀਆਂ ਖੁਸ਼ੀਆਂ ਦੀਆਂ ਤਿਆਰੀਆਂ ਨੇ ਪੰਜਾਬੀ ਚ ਇੱਕ ਕਹਾਵਤ ਹੈ ਕਹਿੰਦੇ ਜੀ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ ਪਰ ਆਪਣੀ 12 ਮਹੀਨੇ ਬਾਅਦ ਸੁਣੀਗੀ ਉਹ ਪੁਰਾਣਾ ਜ਼ਮਾਨਾ ਹੁੰਦਾ ਕੋਈ ਮਦਰ ਇੰਨੇ ਇੰਨੇ ਸਾਲ ਬੈਂਦਾ ਫੇਰ ਭਗਤੀ ਸਿਰੇ ਚੜਦੀ ਕੋਈ ਕਹਿੰਦਾ ਐਨ ਜਿਹੜਾ ਹੁਣ ਤਾਂ ਇਹ ਕਲ ਜੋਗਾ ਹੁਣ ਤਾਂ 1 ਮਹੀਨੇ ਦੀ ਭਗਤੀ ਪੂਰੀ ਹੋ ਜਾਂਦੀ ਹੈ ਤੇ ਹੋ ਗਈ 12 ਮਹੀਨੇ ਬਾਅਦ ਭਗਤੀ ਪੂਰੀ ਹੋ ਗਈ ਆ ਅਗਲੇ ਸਟੈਪ ਕੀ ਨਜ਼ਰ ਆਉਂਦੇ ਆ ਹੁਣ ਤੁਸੀਂ 32 ਕਿਸਾਨਾਂ ਜਿੱਥੇ ਹੁੰਦੀਆਂ ਮੀਟਿੰਗ ਕਰਨ ਜਾ ਰਹੀਆਂ ਮੀਟਿੰਗ ਚ ਕਿਹੜੇ ਕਿਹੜੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਜਾਊਗੀ ਤਿੰਨ ਕਾਨੂੰਨਾਂ ਨੂੰ ਲੈ ਕੇ ਮੇਨ ਰੌਲਾ ਸੀਗਾ ਜਦੋਂ ਵੀ ਕੋਈ ਬੀਜੇਪੀ ਨਾਲ ਮੀਟਿੰਗ ਰੱਖਣੀ ਹੁੰਦੀ ਸੀ ਪਹਿਲੀ ਸ਼ਰਤ ਹੁੰਦੀ ਸੀ ਕਿ ਜੇ ਕਾਨੂੰਨ ਰੱਦ ਹੋਣਗੇ ਤਾਂ ਮੀਟਿੰਗ ਕਰਾਂਗੇ ਬੀਜੇਪੀ ਵਾਲੇ ਕਹਿੰਦੇ ਸੀ ਸੌਦਾ ਕਰਾਂਗੇ ਮੀਟਿੰਗ ਕਰਨੀਆਂ ਕਰ ਲੋ ਮੇਰਾ ਖਿਆਲ ਹੈ ਵੀ ਜਿਹੜਾ ਏਦੋਂ ਪਹਿਲਾਂ ਜਿਹੜੀ ਮੀਟਿੰਗ ਤੋਂ ਜੋ ਪਹਿਲਾਂ ਸਾਡੇ ਪ੍ਰੋਗਰਾਮ ਦਿੱਤੇ ਹੋਏ ਨੇ 2022 ਮਿਸ਼ਨ ਉਹ ਹਜੇ ਤੱਕ ਕਰਕਾਇਮ ਨਹੀਂ ਬਾਈ ਦੀ ਮਤਲਬ ਨਖਲੂ ਰੀਲੀ ਵਿੱਚ ਉਹ ਹਜੇ ਕਾਇਮ ਹੈ ਕੋਈ ਮੀਟਿੰਗ ਦੇ ਵਿੱਚ ਤਬਦੀਲੀ ਆ ਜੇ ਉਸ ਤੋਂ ਬਾਅਦ ਮੈਂ ਕੁਝ ਕਹਿ ਸਕਦਾ ਉਸ ਤੋਂ ਬਾਅਦ ਮੈਂ ਫਿਰ ਕੁਝ ਨਹੀਂ ਕਹਿ ਸਕਦਾ ਮੀਟਿੰਗ ਤੋਂ ਪਹਿਲਾਂ ਉਹੀ ਏਜੰਡੇ ਕੈਮ ਰਹੇਗੇ ਅੱਜ ਦੀ ਮੀਟਿੰਗ ਦੇ ਵਿੱਚ ਉਹ ਗੱਲ ਉਹ ਗੱਲਬਾਤਾਂ ਕਈ ਗੱਲ ਕੀਤੀਆਂ ਜਾਣਗੀਆਂ ਹਜੇ ਕਾਇਮ ਨੇ ਉਹ ਜੰਡੇ ਮੀਟਿੰਗਾਂ 'ਚ ਕੋਈ ਤਬਦੀਲੀ ਆ ਗਈ ਕੋਈ ਅੱਜ ਵਾਲੀ ਸਾਡੀ ਮੀਟਿੰਗ 'ਚ ਤਬਦੀਲੀ ਆ ਗਈ ਪਰ ਗਾਹਾਂ ਮੌਜੂਦ ਮੁਰਚੇ ਤਬਦੀਲੀ ਆ ਗਈ ਉਸ ਤੋਂ ਬਾਅਦ ਪ੍ਰੈਸ ਕਾਨਫਰੈਂਸ ਕਰਕੇ ਸੱਦਾ ਕਿਹੜਾ ਸੀ ਲੋਕੋ ਗਿਰਕੜੀਆਂ ਗੱਲ ਕੇਂਦਰ ਵੱਲੋਂ ਹਾਲੇ ਤੱਕ ਕੋਈ ਗੱਲਬਾਤ ਲਈ ਸੱਦਾ ਆਇਆ ਜਿਸ ਮੋਦੀ ਨੇ ਆਪਦਾ ਆਪ ਹੀ ਐਲਾਨ ਕਰਿਆ ਆਪਕੇ ਮਨ ਕੀ ਬਾਤ ਕਹੀ ਹੈ ਉਹ ਮੇਰੇ ਸਾਹਬ ਤੱਕ ਤਰ੍ਹਾਂ ਦੀ ਜੇ ਮੈਂ ਗੱਲ ਕਹਾਂ ਉਹ ਆਪ ਦੀ ਮੀਟਿੰਗ ਕੈਬਨਟ ਨੂੰ ਵੀ ਨਹੀਂ ਪੁੱਛਦਾ ਉਹ ਆਪ ਦੀ ਪਾਰਟੀ ਨੂੰ ਪੁੱਛਦਾ ਇਹੋ ਜਿਹੇ ਬੰਦੇ ਨੂੰ ਮੁਰੇ ਨਹੀਂ ਲਾਉਣਾ ਚਾਹੁੰਦਾ ਪਾਰਟੀ ਨੂੰ ਪਹਿਲਾਂ ਅਕਸਰ ਮਨ ਕੀ ਬਾਤ ਹੁੰਦੀ ਸੀ ਮੋਦੀ ਸਾਹਿਬ ਦੇ ਭਾਸ਼ਣ ਹੁੰਦੇ ਸੀਗੇ ਤੁਸੀਂ ਵੀ ਸੁਣਦੇ ਹੋਵੋਗੇ ਕੱਲ੍ਹ ਵਾਲਾ ਭਾਸ਼ਣ ਵਧੀਆ ਲੱਗਾ ਸੁਣ ਕੇ ਥੋੜਾ ਜਿਹਾ ਨਹੀਂ ਦੇਖੋ ਜੇ ਕਿਸੇ ਅਧੂਲਨ ਦੀ ਕੋਈ ਗੱਲ ਮੰਨੀ ਜਾਵੇ ਠੀਕ ਹੈ ਨਾ ਗੱਲ ਪ੍ਰਧਾਨ ਮੰਤਰੀ ਤਾਂ ਨਹੀਂ ਸੀ ਕਹਿੰਦੇ ਵੀ ਉਹ ਕੋਈ ਇਹ ਸ਼ਾਬਾਸ਼ ਦੇ ਹੱਕਦਾਰ ਆ ਸ਼ਾਬਾਸ਼ ਦੇ ਹੱਕਦਾਰ ਤਾਂ ਲੜਨ ਵਾਲੇ ਲੋਕ ਨੇਗੇ ਜਿਨ੍ਹਾਂ ਨੇ ਸੰਘਰਸ਼ ਕੀਤਾ ਜਿਹੜੇ ਸੰਘਰਸ਼ ਦੇ ਵਿੱਚ ਰਹੇ ਨੇ ਉਹ ਤਾਂ ਇੱਕ ਜਿਵੇਂ ਆਪਾਂ ਕਹਿਣਾ ਚੁਣਿਆ ਹੋਇਆ ਸਾਡਾ ਉਹਨੂੰ ਮੈਂ ਕੀ ਕਹਾਂ ਪ੍ਰਧਾਨ ਮੰਤਰੀ ਕਹਿੰਦਾ ਜਾਂ ਨੌਕਰ ਕਹਿੰਦਾ ਜਾਂ ਕੁਝ ਵੀ ਕਹਿੰਦਾ ਜੇ ਪাবਲਿਕ ਸੈਂਟਰ ਵਿੱਚ ਆਈਐਸ ਆਫਸ ਸਰ ਵੀ ਨੌਕਰ ਹੁੰਦੇ ਨੇ ਨਾ ਉਹਦਾ ਲੋਕ ਚੁੱਕ ਕੇ ਉਹਦਾ ਲਾਉਂਦੇ ਨੇ ਉਹਦੀ ਜ਼ਿੰਮੇਵਾਰੀਆਂ ਲੋਕਾਂ ਦੀ ਮੰਗਾਂ ਮੰਨਣੀਆਂ ਇਹ ਨਰਨਵਸ ਲੋਕ ਕਹਿੰਦੇ ਦੀ ਵੀ ਕਾਨੂੰਨ ਗਲਤ ਨੇ ਤੇ ਉਹਨੂੰ ਉਹ ਐਲਾਨ ਕਰਨਾ ਪੈ ਗਿਆ ਉਹਦੀ ਜ਼ਿੰਮੇਵਾਰੀ ਬਣਦੀ ਆ ਵੀ ਲੋਕ ਨਹੀਂ ਵੀ ਕੈਮਰਾਮੈਨ ਕਹਿੰਦੇ ਗਲਤੀ ਕਰੋ ਗਲਤੀ ਨੂੰ ਦੁਹਰਾਓ ਨਾ ਔਰ ਅਗਲੀ ਵੱਡੀ ਗੱਲ ਹੁੰਦੀ ਹੈ ਕਿ ਜੇ ਕੋਈ ਗਲਤੀ ਲਈ ਮਾਫੀ ਮੰਗ ਲਈ ਤਾਂ ਉਹ ਵੀ ਇੱਕ ਵੱਡੀ ਗੱਲ ਹੈਗੀ ਲੱਗਦਾ ਹੈ ਕਿ ਇੱਕ ਬੜਪਣ ਉਹਨਾਂ ਨੇ ਵੀ ਦਿਖਾਇਆ ਹੈਗਾ ਜਿਹੜੀ ਗਲਤੀ ਦੀ ਮਾਫੀ ਮੰਗ ਕੇ ਨੇ ਮੇਰਾ ਖਿਆਲ ਹੈ ਵੀ ਉਹ ਜਨਾ ਉਹਨੇ ਲੋਕਾਂ ਨੂੰ ਤੰਗ ਕਰਿਆ ਉਹ ਇਹਤੀ ਗਾ ਵੀ ਜੇ ਮੈਂ ਕੁਝ ਸੌਰੀ ਫੀਲ ਕਰਨਾ ਜੇ ਮੈਂ ਇਹਦੇ ਕੋਈ ਠੰਡਾ ਛੜਕਿਆ ਜਾਵੇ ਠੰਡਾਈਆਂ ਜੀਆਂ ਗੱਲਾਂ ਨਾਲ ਛੜਕਿਆ ਠੰਡਾ ਜੇ ਲੋਕਾਂ ਦੇ ਹੱਕ ਦੇ ਕਾਨੂੰਨ ਬਣਾਓਗੇ ਲੋਕਾਂ ਦੇ ਹੱਕ ਦੇ ਕੁਝ ਦੇਓਗੇ ਫੇਰ ਲੋਕੋ ਠੰਡਾ ਛਿੜਕਦੇ ਹੁੰਦੇ ਨੇ ਐ ਕੱਲਾ ਸੌਰੀ ਫੀਲ ਕਰਨ ਵਾਲਾ ਕੋਈ ਠੰਡਾ ਨਹੀਂ ਛਿੜਕਿਆ ਜਾਂਦਾ ਉਹ ਚੱਲਦਾ ਰਹਿੰਦਾ ਜੀ ਕਿਸਾਨ ਲੀਡਰ ਹੋ ਤੁਸੀਂ ਕਿਸਾਨੀ ਦੀ ਹਾਲਾਤ ਤੁਹਾਨੂੰ ਵੀ ਪਤਾ ਖਾਸ ਕਰਕੇ ਜਿਹੜੀ ਬੈਲਟ ਚ ਤੁਸੀਂ ਹੁੰਦੇ ਹੋ ਮਾਨਸੇਰੀ ਏਰੀਆ ਦੀ ਮੈਂ ਗੱਲ ਕਰ ਰਿਹਾ ਨਰਮੇ ਦੀ ਫਸਲ ਇਸ ਵਾਰ ਵੀ ਤਬਾਹ ਹੋਈ ਆ ਪਿਛਲੇ ਜਿੰਨੇ ਕ ਸਾਲਾਂ ਦਾ ਮੇਰਾ ਤਜਰਬਾ ਰਿਹਾਗਾ ਮੈਂ ਅਕਸਰ ਦੇਖਦਾ ਆ ਕਿ ਜਦੋਂ 10 10 20 20 30 30 ਸਪਰੇਆ ਹੁੰਦੀਆਂ ਰਹੀਆਂ ਨਰਮੇ ਨੂੰ ਕਦੇ ਕੋਈ ਸੁੰਡੀ ਪੈਗੀ ਕਦੇ ਮਿਲੀ ਬਗਦੀ ਆ ਜਾਂਦੀ ਸੀ ਇਸ ਵਾਰ ਗੁਲਾਬੀ ਸੁੰਡੀ ਆ ਗਈ ਤਾਂ ਉਸ ਕਿਸਾਨ ਦੇ ਫਾਇਦੇ ਲਈ ਉਸ ਕਿਸਾਨ ਨੂੰ ਅਸੀਂ ਕਿਹ ਲਈ ਹੋਰ ਅੱਗੇ ਵਧਾਉਣ ਦੇ ਲਈ ਲੱਗਦਾ ਹੈ ਕਿ ਕੁਝ ਚੰਗੇ ਕਾਨੂੰਨਾਂ ਦੀ ਲੋੜ ਹੈ ਤਾਂ ਉਹ ਕਾਨੂੰਨ ਕਿਹੋ ਜਿਹਾ ਹੋਣੇ ਚਾਹੀਦੇ ਹੈਗੇ ਉਹ ਤਾਂ ਅਸੀਂ ਇੱਕ ਪੁਰਾਣੀ ਮੰਗ ਆ ਸਾਡੀ ਅਸੀਂ ਇਹ ਕਹਿੰਦੇ ਤੁਹਾਨੂੰ ਐਵੇਂ ਸਾਡੀਆਂ ਏਜੰਸੀਆਂ ਦਾ ਰੇਟ ਸੂਚਕਾਂਕ ਨਾਲ ਜੋੜੋ ਜਿਵੇਂ ਲੋਹੇ ਦਾ ਰੇਟ ਵੱਧਦਾ ਸੌਣੇ ਦਾ ਰੇਟ ਵੱਧਦਾ ਖਾਦਾਂ ਦਾ ਰੇਟ ਵੱਧਦਾ ਟਰੈਕਟਰਾਂ ਦਾ ਰੇਟ ਵੱਧਦਾ ਕਾਹਦੇ ਉਹਦਾ ਸਾਡੇ ਨਾਲ ਰੇਟ ਵਧਾਓ ਬਾਅਦ ਚ ਕੁਝ ਸਾਡੀਆਂ ਜੱਥੇ ਬੰਦੀਆਂਗੇ ਸਮਾਮੀ ਰਾਤ ਦੀ ਰਿਪੋਰਟ ਤੇ ਵੀ ਉਹਦੇ ਨਾਲ ਅਬ ਸਾਰਾ ਫਾਇਦਾ ਨਹੀਂ ਹੋ ਸਕਦਾ ਥੋੜਾ ਜਿਹਾ ਫਾਇਦਾ ਹੁੰਦਾ ਸੀ ਉਥੇ ਵੀ ਅਸੀਂ ਹੈ ਸਾਇਮਤੀ ਭਰਤੀ ਦੀ ਵੀ ਚਲ ਉਹਨੂੰ ਲਾਗੂ ਕਰਕੇ ਦੇਖ ਲੋ ਜੇ ਉਹਨੂੰ ਇਹ ਚੀਜ਼ਾਂ ਨੂੰ ਉਹ ਲਾਗੂ ਨਹੀਂ ਕਰ ਦਿਆ ਕੋਈ ਸਰਕਾਰ ਵੀ ਆਵੇ ਤਾਂ ਕਿਸਾਨ ਘਾਟੇ 'ਚ ਹੀ ਰਹੂਗਾ ਘਾਟੇ 'ਚ ਰਹੂਗਾ ਕਿਸਾਨ ਸੰਘਰਸ਼ ਜਾਰਾ ਰਹੂਗਾ ਪੂਰੀ ਦੁਨੀਆ ਦੇ ਵਿੱਚ ਕਿਸਾਨ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਵੀ ਸਬਸਿਡੀ ਦਿੱਤੀ ਜਾ ਰਹੀ ਹੈਗੀ ਕੀ ਲੱਗਦਾ ਹੈ ਕਿ ਸਬਸਿਡੀ ਹੋਰ ਵਧਾਉਣ ਦੀ ਲੋੜ ਹੈ ਜਾਂ ਸਬਸਿਡੀ ਦੀ ਤਕਨੀਕ ਚੇਂਜ ਕਰਨ ਦੀ ਲੋੜ ਹੈ ਜਿਸ ਤਰੀਕੇ ਨਾਲ ਦਿੱਤੀ ਜਾ ਰਹੀ ਹੈ ਇੱਕ ਤਾਂ ਮੈਂ ਇਹ ਹੱਕ 'ਚ ਨਹੀਂ ਹੋਊਂਗਾ ਕਿਸੇ ਨੂੰ ਕੋਈ ਚੀਜ਼ ਫ੍ਰੀ ਦਿੱਤੀ ਜਾਵੇ ਉਹਦੀ ਮਿਹਨਤ ਦਾ ਮੁੱਲ ਦਿੱਤਾ ਜਾਵੇ ਚਾਹੇ ਉਹ ਮਜ਼ਦੂਰ ਆ ਚਾਹੇ ਕਿਸਾਨ ਆ ਚਾਹੇ ਮੁਲਾਜ਼ਮ ਆ ਚਾਹੇ ਦੁਕਾਨਦਾਰ ਆ ਉਹਦੀ ਮਿਹਨਤ ਦਾ ਮੁੱਲ ਮਿਲਣਾ ਤਾਹੀਦਾਗਾ ਸਾਡੀਆਂ ਜਿੰਸਾਂ ਦਾ ਰੇਡੀਮਸ ਨੂੰ ਕਹਿੰਦਾ ਵੀ ਸੂਚਕਾਂਕ ਨਾਲ ਜੋੜਨ 1967 ਦੇ ਵਿੱਚ ਲੋਹਾ ਪੈਂਡਰ ਵੀ ਰੁਪਏ ਕਾਉਂਟਰ ਦੀ ਕਣਕ 66 ਰੁਪਏ ਕਾਉਂਟਰ ਦੀ ਮੈਂ ਖੋਦ ਆਪ 20 ਲੀਟਰ ਦੀ ਤੇਲ ਦੀ ਢੋਲੀ ਮੈਂ ਆਪ ਦੀ ਜ਼ਿੰਮੇਵਾਰੀ ਚ 19 ਰੁਪਏ ਦੀ ਲੈ ਆ ਤੇ ਅੱਜ ਤੇਲ ਦਾ ਕਿਥੇ ਰੇਟ ਵਾ ਗਿਆ ਪਤਾ ਕਿ ਸਾਡਾ ਮੇਰਾ ਖਿਆਲ ਆ 92% ਕਾਰੋਬਾਰ ਭਾਰਤ ਦਾ ਤੇਲ ਬਿਜਲੀ ਪੈਟਰੋਲ ਕਿੰਸ ਇੱਥੇ ਚੱਲਦਾ ਜੇ ਉਹ ਪਦਾਰਥ ਦੇ ਰੇਟ ਪ੍ਰਾਈਵੇਟ ਕੰਪਨੀਆਂ ਵਧਾਉਣ ਗਈਆਂ ਫਿਰ ਲੋਕ ਸੌਕੇ ਕਿਵੇਂ ਰਹਿ ਜਾਣਗੇ ਉਹਨਾਂ ਤੇ ਕੰਟਰੋਲ ਕਰਨਾ ਚਾਹੀਦਾ ਸਾਰੀਆਂ ਲੋਕਾਂ ਨੂੰ ਮਿਹਨਤਾਂ ਮੁੱਲ ਮਿਲਣਾ ਚਾਹੀਦਾ ਜਿਹੜਾ ਚੀਜ਼ ਪੰਤਾ ਚੀਜ਼ ਪੈਦਾ ਕਰਦਾ ਉਹਨੂੰ ਮੁੱਲ ਦਾ ਮਿਲਣਾ ਫਿਰ ਲੋਕ ਸੌਕੇ ਹੋਣਗੇ ਅੱਜ ਦੀ ਮੀਟਿੰਗ ਦਾ ਮੈਂ ਫੇਰ ਜ਼ਿਕਰ ਕਰ ਰਿਹਾਗਾ ਮੀਟਿੰਗ ਦੇ ਵਿੱਚ ਤਿੰਨੇ ਕਾਨੂੰਨ ਰਾਦ ਹੋ ਚੁੱਕੇ ਆ ਇਹ ਤਾਂ ਹੁਣ ਮੁੱਦਾ ਹੀ ਗਾਇਬ ਹੋ ਚੁੱਕਿਆਗਾ ਅਸੀਂ ਕਹਿ ਲਈਏ ਅਗਲੇ ਮੁੱਦੇ ਐਮਐਸਪੀ ਦਾ ਹੋ ਗਿਆ ਕਰਜ਼ਾ ਮਾਫੀ ਦੀ ਗੱਲ ਕਰ ਲਈਏ ਕਿਸਾਨਾਂ ਦੇ ਜਿਹੜੇ ਕਿਸਾਨ ਇਸ ਅੰਦੋਲਨ ਵਿੱਚ ਆਪਣੀ ਜਾਨ ਗਵਾ ਚੁੱਕੇ ਉਹਨਾਂ ਲਈ ਮੁਆਵਜ਼ੇ ਦੀ ਗੱਲ ਕਰੀ ਜਾਵੇ ਜਾਂ ਹੋਰ ਕਿਹੜੇ ਕਿੜੀਆਂ ਮੰਗਾਂ ਔਰ ਕਿਸ ਤਰੀਕੇ ਨਾਲ ਜੜੀਆਂ ਹੁਣ ਕੇਂਦਰ ਦੇ ਸਾਹਮਣੇ ਰੱਖੀਆਂ ਜਾਣਗੀਆਂ ਨਹੀਂ ਜੰਡੇ ਦਾ ਮੁੱਦੇ ਸਾਡੇ ਉਦੋਂ ਦੇ 8 ਮੰਗਾਂ ਤਾਂ ਅਸੀਂ ਸੈਂਟਰ ਸਰਕਾਰ ਨੂੰ ਦਿੱਤੀ ਹੋਈਆਂ ਨੇਗੀਆਂ ਬਾਕੀ ਇਥੇ ਸਾਡੇ ਅਸੀਂ ਆਪਦੇ ਵਿਚਾਰ ਦੇ ਰਹੇ ਆਂ ਇਹ ਮੈਂ ਇਹੀ ਕਹਿਣਾ ਮੀਟਿੰਗ ਦੇ ਵਿੱਚੋਂ ਬਾਹਰ ਸੁਹੂਗੀ ਕਿਹੜੀ ਗੱਲ ਦਾ ਸੱਟਾ ਨਿਕਲਦਾ ਉਹ ਇਹ ਵੀ ਫੈਸਲਾ ਵੀ ਅੱਜ ਹੀ ਦੱਸਣਾ ਸਾਨੂੰ ਕਿ ਕੱਲ ਨੂੰ ਦੱਸਣਾ ਮੈਂ ਵੀ ਕਹਿ ਕਿ ਮੈਂ ਵਿਚਾਰ ਪੁੱਛ ਰਿਹਾ ਕਿਹੜੀ ਕਿਹੜੀ ਮੰਗਾਂ ਨੇ ਕੀਤਾ ਜਾਊਗਾ ਮੈਂ ਮੁੱਦੇ ਦਾ ਸੱਟਾ ਬਾਅਦ ਦੀ ਗੱਲ ਹੈ ਵਿਚਾਰ ਤਾਂ ਜਿਹੜੇ ਮੋਦੀ ਨੇ ਤਿੰਨ ਕਾਨੂੰਨ ਮਤਲਬ ਮੰਨਿਆ ਵੀ ਮੈਂ ਇਹਨੂੰ ਖਰਚ ਕਰੂੰਗਾ ਪਹਿਲਾਂ ਉੱਤੇ ਵਿਚਾਰ ਹੋਊਗੇ ਤੇ ਜਿਹੜੀਆਂ ਮੰਗਾਂ ਰਹਿ ਗਈਆਂ ਉੱਤੇ ਵਿਚਾਰ ਹੋਊਗੇ ਇਹਨਾਂ ਬਾਰੇ ਕਿਵੇਂ ਕਰਨੇ ਐਮਐਸਪੀ ਦਾ ਕਿਵੇਂ ਦੇਖਦੇ ਹੋਗੇ ਸੀ2 ਫਾਰਮੂਲੇ ਦੀ ਗੱਲ ਹਮੇਸ਼ਾ ਕੀਤੀ ਜਾਂਦੀ ਹੈ ਸੀ2 ਪਲੱਸ 50% ਤੱਕ ਦੀ ਗੱਲ ਕੀਤੀ ਜਾਂਦੀ ਹੈ ਲੱਗਦਾ ਹੈ ਕਿ ਕੋਈ ਪੌਸਿਬਿਲਟੀ ਹੈ ਕਿ ਹਰ ਫਸਲ ਤੇ ਹਰ ਸਟੇਟ ਦੇ ਵਿੱਚ ਸੀ2 ਪਲੱਸ 50% ਜਿਹੜੀ ਐਮਐਸਪੀ ਉਹ ਦਿੱਤੀ ਜਾ ਸਕਦੀ ਹੈਗੀ ਹਰ ਰੁਲਦੂ ਸੰਗੋਸ ਗੰਤੀ ਮੰਗ ਕਰਦਾ ਉਹ ਦੇਣੀ ਚਾਹੀਦੀ ਹੈ ਸਾਰੇ ਭਾਰਤ ਦੇ ਕਿਸਾਨਾਂ ਨੂੰ ਦੇਣੀ ਚਾਹੀਦੀ ਹੈ ਸਾਰੀਆਂ ਜਨਤਾ ਨੂੰ ਰੁਲਦੂ ਜੀ ਮੈਂ ਇਹ ਪੁੱਛ ਰਿਹਾ ਕਿ ਪੌਸਿਬਿਲਟੀ ਲੱਗਦੀ ਹੈ ਕਿ ਇਹ ਸੰਭਵ ਹੈ ਕਿ ਇਹ ਚੀਜ਼ ਦਿੱਤੀ ਜਾ ਸਕੇ ਸਰਕਾਰ ਵੱਲੋਂ ਦੇਣੀ ਚਾਹੀਦੀ ਜ਼ਿੰਮੇਦਾਰੀ ਬਣਦੀ ਹੈ ਜੀ ਦੇਵੇ ਅਸੀਂ ਉਹ ਜਿੰਨੇ ਜੂ ਸੰਘਰਸ਼ ਕਰਾਂਗੇ ਉਹ ਤੇ ਚੱਲੂਗਾ ਸਾਡਾ ਚੱਲਣਾ ਸਰਪੰਚ ਨੂੰ ਕਹਿ ਪੰਨਾ ਸੋ ਹੁਣ ਸੰਘਰਸ਼ ਅੱਗੇ ਵੀ ਉਸੇ ਤਰ੍ਹਾਂ ਜਾਰੀ ਰਹੇਗਾ ਕਿੰਨੇ ਕੱਲ ਤੱਕ ਫੈਸਲਾ ਲੈ ਲਿਆ ਜਾਏਗਾ ਕਿ ਅੱਗੇ ਦਾ ਸੰਘਰਸ਼ ਕਿਸ ਤਰ੍ਹਾਂ ਦਾ ਰਹੇਗਾ ਰੂਪਰੇਖਾ ਕੀ ਰਹੇਗੀ ਜਿਹੜੇ ਅਗਲੇ ਸੰਘਰਸ਼ ਵਿੱਡੇ ਸੀ ਉਹ ਕਿਸ ਤਰ੍ਹਾਂ ਰਹਿਣਗੇ ਨਹੀਂ ਹਜੇ ਤਾਂ ਸਮਝੌਤਾ ਹੀ ਲੰਗੋ ਵਾਲਾ ਸਮਝੌਤਾ ਹੈ ਅਜੇ ਤਾਂ ਐਲਾਨ ਹੀ ਕਰਿਆ ਨਾ ਹਜੇ ਕਦਮ 30 ਤਰੀਕ ਨੂੰ ਪਰਿੰਦਾ ਜਲਾਸ ਕਰਦੂਗਾ ਐਡੇ ਕੱਚੇ ਅਸੀਂ ਵੀ ਲੰਗੋ ਵਾਲੇ ਮੁੜ ਕੇ ਦੀਆਂ ਮੁੜ ਜਾਗੇ ਅਜੇ ਤਾਂ ਸੰਘਰਸ਼ ਚੱਲੀਆਂ ਉਹਨੇ ਚੱਲੂਗਾ ਅੱਜ ਬੱਤੀ ਕਸਾਂਜ ਇੱਥੇ ਬੰਦੀਆਂ ਦੀ ਮੀਟਿੰਗ ਹੈ ਕੱਲੂ ਸੂਚਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਕੋਈ ਫਾਈਨਲ ਗੱਲਬਾਤ ਹੋ ਪਾਏਗੀ ਹਾਂ ਉਸ ਤੋਂ ਬਾਅਦ ਜਿਹੜਾ ਜੋ ਇੱਥੇ ਫੈਸਲਾ ਆ ਜੂ ਉਸਨੂੰ ਸਾਰਾ ਕੋ ਦੱਸਣਾ ਰੋਲਦੂ ਸਿੰਘ ਆਪਣੇ ਕੀ ਵਿਚਾਰ ਰੱਖਣ ਜਾ ਰਿਹਾ ਲੋਕਾਂ ਤੱਕ ਪਹੁੰਚਾ ਸਕੋ ਮੈਂ ਕਹਿੰਦਾ ਸੰਘਰਸ਼ ਕਰੋ ਸੰਘਰਸ਼ ਨਾਲ ਹੀ ਸਾਰੀਆਂ ਗੱਲਾਂ ਜਿੱਤੀ ਜਾਂਦੀਆਂ ਨੇ ਸੰਘਰਸ਼ ਦੇ ਰਾਹ ਪੈਣਾ ਚਾਹੀਦਾ ਹੈ ਇਮਾਨਦਾਰੀ ਨਾਲ ਲੜਨਾ ਚਾਹੀਦਾ ਪਿੱਛੇ ਹਟਣਾ ਨਹੀਂ ਚਾਹੀਦਾ ਧੜਤਾ ਨਾਲ ਲੜਨਾ ਜਿਹਦਾ ਮੈਂ ਲੋਕਾਂ ਨੂੰ ਇਹ ਬੇਨਤੀ ਕਰਦਾ ਰੋਲਦੂ ਜੀ ਲੰਮੇ ਸਮੇਂ ਤੋਂ ਜਥੇਬੰਦੀ ਦੇ ਪ੍ਰਧਾਨ ਹਾਂ ਲ ਪਹਿਲੀ ਵਾਰ ਸ਼ਾਇਦ ਦਿੱਲੀ ਆ ਕੇ ਐਡਾ ਵੱਡਾ ਅੰਦੋਲਨ ਕੀਤਾ ਪ੍ਰਾਪਤੀਆਂ ਜੇ ਮੈਂ ਇਸ ਸਾਲ ਦੇ ਅੰਦੋਲਨ ਦੀਆਂ ਕਮਾਂ ਦਾ ਕਿਹੜੀਆਂ-ਕਿਹੜੀਆਂ ਪ੍ਰਾਪਤੀਆਂ ਜਿਹੜੀਆਂ ਸ਼ਾਇਦ ਖੁੱਲ ਕੇ ਸਾਹਮਣੇ ਨਹੀਂ ਆ ਸਕੀਆਂ ਪਰ ਅੰਦਰ ਖਾਤੇ ਸਾਨੂੰ ਲੱਗਿਆ ਕਿ ਆਹ ਚੀਜ਼ ਅਲੱਗ ਸਿਆਹ ਚੀਜ਼ ਇੱਕ ਹੋਗੀ ਆਹ ਚੀਜ਼ ਦਾ ਜਿਹੜਾ ਇੱਕ ਪਾੜਾ ਨਜ਼ਰ ਆ ਰਿਹਾ ਸੀ ਖਾਸ ਤੌਰ ਤੇ ਮੈਂ ਤੁਹਾਡਾ ਜਦੋਂ ਜ਼ਿਕਰ ਕਰਾਂਗਾ ਸ਼ਾਇਦ ਤੁਹਾਨੂੰ ਗੁੱਸਾ ਲੱਗੇ ਕਿ ਅੜਤਿਆਂ ਨਾਲ ਬਹੁਤ ਖੜਕਦੀ ਸੀਗੀ ਪਰ ਇੱਕ ਪਿਆਰ ਨਜ਼ਰ ਆਇਆ ਸੋ ਅੰਦੋਲਨ ਦੇ ਵਿੱਚ ਅੜਤਿਆਂ ਦੇ ਨਾਲ ਤੁਹਾਡਾ ਇੱਕ ਤਾਂ ਇਸ ਅंदोलਨ ਦੇ ਵਿੱਚ ਸਾਡੀ ਜਿੰਮੇ ਤੁਸੀਂ ਵੀ ਗੱਲ ਕਰਤੀ ਸਾਡਾ ਭਾਰਤ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਸਾਡਾ ਇੱਕ ਭਾਈਚਾਰਾ ਬਣ ਗਿਆ ਵੱਡੀ ਜਿੱਤ ਸਾਡੀ ਇਹ ਆ ਜਿਹੜਾ ਸਿੱਖਾ ਬੈਠ ਕੇ ਆਪਣੀ ਗੱਲਬਾਤ ਕਰਨ ਲੱਗੇ ਸਾਰਾ ਕੁਝ ਇਹ ਭਾਈਚਾਰਾ ਕਾਇਮ ਹੋ ਗਿਆ ਪਤਾ ਲੱਗ ਗਿਆ ਸਾਨੂੰ ਕਿ ਸਾਨੂੰ ਰੋਟਾ ਕੌਣ ਹੈ ਤੇ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਦੂਜੀ ਸਾਡੀ ਵੱਡੀ ਪ੍ਰਾਪਤੀ ਹੈ ਜਿਹੜਾ ਮਨ ਦੀ ਗੱਲ ਦੱਸਦਾ ਤੇ ਉਹਨੂੰ ਚੁਕਾ ਲਿਆ ਉਹਨੂੰ ਗੋਡਣੀਆਂ ਕਰ ਲਿਆ ਵੱਡੀ ਪ੍ਰਾਪਤੀ ਹੈ ਬਸ ਹੁਣ ਬਹੁਤ ਬਹੁਤ ਧੰਨਵਾਦ ਹੁਲਦੀ ਸਾਡਾਂ ਗੱਲ ਉਹ ਰੁਲਦੂ ਸਿੰਘ ਮਾਨਸਾ ਦੇ ਨਾਲ ਗੱਲਬਾਤ ਕਰ ਰਹੇ ਸੀ ਜਿਹੜੇ ਹੁਣ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦਾ ਹਿੱਸਾ ਬਣ ਜਾਣਗੇ ਔਰ ਅੱਜ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਕੱਲ ਸਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ ਅੱਗੇ ਦੇ ਫੈਸਲੇ ਲਏ ਜਾਣਗੇ ਕਿ ਕਿਸ ਤਰ੍ਹਾਂ ਜਿਹੜੀ ਅੰਦੋਲਨ ਦੀ ਰੂਪਰੇਖਾ ਰਹੇਗੀ ਔਰ ਅੰਦੋਲਨ ਨੂੰ ਕਿਸ ਤਰ੍ਹਾਂ ਅੱਗੇ ਵਧਾਉਣਾ ਜਾਂ ਕਿਸ ਤਰ੍ਹਾਂ ਸਮਾਪਤੀ ਦੇ ਵੱਲ ਲੈ ਕੇ ਜਾਣਾ ਕੈਮਰਾਮੈਨ ਅਮਿਤ ਦੇ ਨਾਲ ਰੋਹਿਤ ਪੱਕਾ এবিপি ਸੰਝਾ ਦਿੱਲੀ